जय हिंद दोस्तों, मैं संदीप बाबा, वेलकम टू माई यूट्यूब चैनल हिस्टोरिकल ब्लॉग। जिवें कि तुसीं जानते हो कि 15 अगस्त 2022 नूं साडा पूरा देश आजादी की 75वीं वर्षगढ़ मना रहा है। तो पंजाब कांग्रेस कमेटी समूह पंजाब विच उन्हां देश दे शहीदां नूं याद करते हुए आजादी की गौरवमयी यात्रा तिरंगा यात्रा शुरू की हुई है। अज अमृतसर विच सीनियर डिप्टी मेयर रमन बख्शी अते समूह सीनियर कांग्रेस लीडर की अध्यक्षा विच अमृतसर विखे तिरंगा यात्रा शुरू की जा रही है। तो दोस्तों साड़ी वीडियो दे नाल लास्ट तक बने रहो, ज़्यादा ना इंतजार करवाउंदे होए आओ तुहानू तिरंगा यात्रा विच लै के जाने हाँ। मेरा रंग दे बसंती चोला, मेरा रंग दे बसंती चोला, मेरा रंग दे बसंती चोला। टोला मेरा रंग दे, मेरा रंग दे बसंती चोला, मेरा रंग दे बसंती चोला, मेरा रंग दे बसंती चोला, माए रंग दे बसंती चोला। ये वो चोला है कि जिसपे रंग चढ़े ना दूजा, हमने तो बचपन से की थी इस चोले की पूजा। ये वो चोला है कि जिसपे रंग चढ़े ना दूजा, हमने तो बचपन से चोला है कि जिसपे रंग चढ़े ना दूजा, हमने तो बचपन से की थी इस चोले की पूजा। ये वो चोला है कि जिसपे रंग चढ़े ना दूजा, हमने बचपन से की थी इस चोले की पूजा। कल तक जो चिंगारी
ਸਰਕਾਰ ਰਹਿੰਦੀ ਆ ਪ੍ਰਸਥਿਤੀਆਂ ਕੁਝ ਵੀ ਹੋਣ ਹਾਲਾਤ ਕਿਸੇ ਪ੍ਰਕਾਰ ਦੇ ਵੀ ਹੋਣ ਕਾਂਗਰਸ ਦਾ ਵਰਕਰ ਦੇ ਵਿੱਚ ਜਾਨ ਹੈ ਪਹਿਲਾਂ ਵੀ ਹੈਗੀ ਆ ਹੁਣ ਵੀ ਹੈਗੀ ਆ ਔਰ ਗਾਂ ਵੀ ਰਹੇਗੀ ਅੱਜ ਮੈਂ ਕੋਈ ਰਾਜਨੀਤਿਕ ਗੱਲ ਨਾ ਕਰਦੇ ਹੋਏ ਇੱਕੋ ਸੰਦੇਸ਼ ਦੇਣਾ ਚਾਹਾਂਗਾ ਕਿ ਸਾਨੂੰ ਆਪਣੇ ਦੇਸ਼ ਦੀ ਏਕਤਾ ਅਖੰਡਤਾ ਬਣਾਉਣ ਵਾਸਤੇ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ ਇਸੇ ਤਰ੍ਹਾਂ ਨਾਲ ਤੁਹਾਡੇ ਸਾਰੇ ਵਿੱਚ ਰਾਸ਼ਟਰ ਪ੍ਰੇਮ ਇਸ ਤਰ੍ਹਾਂ ਨਜ਼ਰ ਆਵੇ ਸਾਰੇ ਮਿਲ ਕੇ ਸਾਰੇ ਤਿਉਹਾਰ ਆਪਾਂ ਮਨਾਈਏ ਆਇਓ ਸਾਡੀ ਦੇਸ਼ ਦੀ ਏਕਤਾ ਅਖੰਡਤਾ ਦੀ ਨਿਸ਼ਾਨੀ ਹੈ ਧੰਨਵਾਦ ਕਰਨਾ ਰਮਨ ਬਖਸ਼ੀ ਜੀ ਬੱਬੇ ਜੀ ਦਰਾਵਰ ਜੀ ਮੇਰੇ ਹੋਰ ਕੌਂਸਲਰ ਸਾਥੀ ਰੰਮੀ ਜੀ ਮੇਰੇ ਜਿੰਨੇ ਵੀ ਸਾਥੀ ਇੱਥੇ ਹੈਗੇ ਆ ਰਿੰਕੂ ਜੀ ਬੜੇ ਨਾਂ ਲਵਾਂ ਅਤੇ ਬੜੇ ਆ ਇਹ ਸਾਰਿਆਂ ਦਾ ਆਪਾਂ ਅੱਜ ਤਿਰੰਗਾ ਯਾਤਰਾ 'ਤੇ ਧੰਨਵਾਦ ਕਰਦੇ ਹਾਂ ਕਿਉਂਕਿ ਇੱਕ ਜਿਹੜੀ ਲੀਡ ਕਾਂਗਰਸ ਪਾਰਟੀ ਨੇ ਚਲਾਈ ਹੈ ਸਮਝੋ ਕਿ ਕਾਂਗਰਸ ਪਾਰਟੀ ਪੰਜਾਬ 'ਚ ਆ ਗਈ ਹੈ ਇਹ ਛੋਟੇ ਵੀਰ ਸਾਰੇ ਵੱਡੇ ਵੀਰ ਵਰਕਰਾਂ ਸਾਥੀਆਂ ਨੂੰ ਇਸ ਸ਼ੁਭ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਡੇ ਆਉਣ ਵਾਲੇ MLA ਸਰਦਾਰ ਬਲਵੀਰ ਸਿੰਘ ਜੀ ਬੱਬੀ ਪਹਿਲਵਾਨ ਇਹਨਾਂ ਨੂੰ ਖਾਸ ਕਰ ਬਹੁਤ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਵੱਧ ਚੜ ਕੇ ਜ਼ੋਰ ਲਾਇਆ ਔਰ ਇਸ ਦਿਹਾੜੇ ਨੂੰ ਬਹੁਤ ਅੱਛੀ ਤਰ੍ਹਾਂ ਕਾਮਯਾਬ ਕੀਤਾ ਬਲਵਾਨ ਜੀ ਤੁਸੀਂ ਇਸ ਤਰ੍ਹਾਂ ਹੀ ਤੜੇ ਰਹੋ ਅਸੀਂ ਸਾਰੀ ਕਾਂਗਰਸ ਪਾਰਟੀ ਤੁਹਾਡੇ ਨਾਲ ਔਰ ਇਸ ਤਰ੍ਹਾਂ ਹੀ ਆਪਾਂ ਇਸ ਸੜਕੇ ਦੀ ਇਸ ਦੇਸ਼ ਦੀ ਇਸ ਸ਼ਹਿਰ ਦੀ ਸੇਵਾ ਕਰਨੀ ਹੈ ਆਜ਼ਾਦੀ ਦੀ ਗੌਰਵ ਯਾਤਰਾ ਰੱਖੀ ਗਈ ਹੈ ਉਹਦਾ ਮੁੱਖ ਮਕਸਦ ਜਿੱਥੇ ਲੋਕਾਂ ਨੂੰ 15 ਅਗਸਤ ਵਾਲੇ ਦਿਨ ਜਿੱਦਣ ਆਜ਼ਾਦੀ ਮਿਲੀ ਸੀ ਉਸ ਵੇਲੇ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਕੀ ਸ਼ਹਾਦਤਾਂ ਦੇਣੀਆਂ ਪਈਆਂ ਆਜ਼ਾਦੀ ਕਿਸ ਮੁੱਲ ਪਈ ਅਤੇ ਜਿਹੜਾ ਹਿੰਦੁਸਤਾਨ ਦਾ ਝੰਡਾ ਹੈ ਇਹਦੇ 3 ਰੰਗ ਕਿਉਂ ਬਣਾਏ ਗਏ ਹਿੰਦੁਸਤਾਨ ਦੇ ਝੰਡੇ ਦੇ ਵਿੱਚ ਜਿਹੜੀ ਸਾਂਝੀ ਏਕਤਾ ਦੀ ਗੱਲ ਹੈ ਉਹਦਾ ਕੀ ਮਤਲਬ ਹੈ ਉਸ ਵਾਸਤੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਸੋ ਜਿੰਨੇ ਸਾਥੀ ਇੱਥੇ ਇਕੱਠੇ ਹੋਏ ਹੈ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਘਰ ਜਾ ਕੇ ਸਿਰਫ ਇਹ ਨਹੀਂ ਸੋਚਣਾ ਵੀ ਅੱਜ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਸੀ ਅੱਜ ਯਾਦ ਰੱਖਣਾ ਵੀ ਝੰਡਾ ਆਪਣੇ ਬੱਚਿਆਂ ਨੂੰ ਉਹਦਾ ਮਤਲਬ ਦੱਸਣਾ ਕਿਉਂਕਿ ਅੱਜ ਦੀ ਤਰੀਕ ਕਈ ਉਹ ਤਾਕਤਾਂ ਜਿਨ੍ਹਾਂ ਨੇ 55 ਸਾਲ ਝੰਡਾ ਆਪਣੇ ਦਫ਼ਤਰ 'ਚ ਨਹੀਂ ਲਾਇਆ ਉਹ ਵੀ ਝੰਡੇ ਦਾ ਗੁਣਗਾਨ ਕਰਦੀਆਂ ਫਿਰਦੀਆਂ ਸੋ ਸਾਥੀਓ ਜਥੇ ਹੋਰ ਵੀ ਅਲੀ ਬੜੇ ਆ ਰਹੇ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਏਕਤਾ ਦਾ ਸਬੂਤ ਦਿਓ ਅੱਜ ਸਾਰਿਆਂ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜਿਵੇਂ ਕਿ ਤੁਸੀਂ ਵੇਖਿਆ ਤਿਰੰਗਾ ਰੈਲੀ ਵਿੱਚ ਲੋਕ ਕਿਸ ਤਰ੍ਹਾਂ ਹੁੰਮਾ ਕੇ ਪਹੁੰਚੇ ਹਨ ਉਹਨਾਂ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਹਰ ਇੱਕ ਦਾ ਤਰੀਕਾ ਆਪਣੇ ਆਪਣੇ ਤੌਰ ਤੇ ਬਿਲਕੁਲ ਸਹੀ ਸੀ ਕੋਈ ਜੈਕਾਰਿਆਂ ਨਾਲ ਕੋਈ ਨਾਰਿਆਂ ਨਾਲ ਭਾਰਤ ਮਾਤਾ ਦੀ ਜੈ ਕਰਦੇ ਹੋਏ ਗੂੰਜਦੇ ਹੋਏ ਨਾਰਿਆਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਰਹੇ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਆ ਕਮੈਂਟ ਜ਼ਰੂਰ ਕਰਿਓ ਅਸੀਂ ਅੰਮ੍ਰਿਤਸਰ ਦੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਆਜ਼ਾਦੀ ਦੇ ਦਿਵਸ ਦੇ ਤੌਰ 'ਤੇ ਸਾਡੇ ਨਾਲ ਸ਼ਾਮਿਲ ਹੋਏ ਹਨ ਮੈਂ ਸੰਦੀਪ ਬਾਬਾ ਕੈਮਰਾਮੈਨ ਪ੍ਰੀਤ ਕੇ ਸਾਰ ਯੂਟਿਊਬ ਚੈਨਲ ਹਿਸਟੋਰੀਕਲ ਵਲੌਗਸ ਸਾਡੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਬੈਲ 'ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਨੈਕਸਟ ਵੀਡੀਓ ਸਾਡੀ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਘਰ ਨੂੰ ਆਪਣੇ ਸ਼ਹਿਰ ਨੂੰ ਅਤੇ ਖੁਦ ਨੂੰ ਸਾਫ਼ ਸੁਥਰਾ ਰੱਖੋ ਅਤੇ ਹੈਲਥੀ ਰਹੋ 15 ਅਗਸਤ 2022 ਭਾਰਤ ਦੇਸ਼ 75 ਵਰਸ਼ ਆਪਣੇ ਦੇਸ਼ ਦੀ ਆਜ਼ਾਦੀ ਦਾ ਮਨਾ ਰਿਹਾ ਹੈ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵੱਲੋਂ ਅੰਮ੍ਰਿਤਸਰ ਵੱਲੋਂ ਹਿਸਟੋਰੀਕਲ ਵਲੌਗ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਉਹਨਾਂ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੈ ਹਿੰਦ Yeah.